ਪੰਚਕੂਲਾ 'ਚ ਉੱਤਰ ਭਾਰਤ ਦੇ ਇਤਿਹਾਸਿਕ ਪ੍ਰਾਚੀਨ ਸ਼ਿਵ ਮੰਦਿਰ ਸਕੇਤੜੀ 'ਚ ਭਗਵਾਨ ਦੀਆਂ ਮੂਰਤੀਆਂ ਤੋਂ ਕੀਮਤੀ ਸੋਨੇ ਚਾਂਦੀ ਦੇ ਗਹਿਣੇ ਚੋਰੀ ਕਰ ਲਏ ਗਏ, ਜਿਸ ਤੋਂ ਬਾਅਦ ਹਿੰਦੂ ਸ਼ਰਧਾਲੂਆਂ 'ਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਚੋਰਾਂ ਨੇ ਰਾਤ ਵੇਲੇ ਇਸ ਪ੍ਰਾਚੀਨ ਮੰਦਿਰ ਨੂੰ ਆਪਣਾ ਨਿਸ਼ਾਨਾ ਬਣਾਇਆ। ਸਵੇਰ ਵੇਲੇ ਜਦੋਂ ਮੰਦਿਰ ਦੇ ਪੰਡਿਤ ਨੇ ਦਰਵਾਜ਼ਾ ਖੋਲਿਆ ਤਾਂ ਮੰਦਿਰ ਦੇ ਤਾਲੇ ਟੁੱਟੇ ਹੋਏ ਸਨ। ਪੰਡਿਤ ਨੇ ਤੁਰੰਤ ਮੰਦਿਰ ਕਮੇਟੀ ਨੂੰ ਇਸ ਦੀ ਸੂਚਨਾ ਦਿੱਤੀ। ਕਮੇਟੀ ਵਾਲਿਆਂ ਨੇ ਜਦੋਂ ਦੇਖਿਆ ਤਾਂ ਮੂਰਤੀਆਂ ਉੱਪਰੋਂ ਸਾਰੇ ਕੀਮਤੀ ਗਹਿਣੇ ਗਾਇਬ ਸਨ। ਮੂਰਤੀਆਂ ਤੋਂ ਚੋਰੀ ਕੀਤੇ ਗਏ ਕੀਮਤੀ ਗਹਿਣਿਆਂ ਦੀ ਕੀਮਤ ਲੱਖਾਂ 'ਚ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਸੀਸੀਟੀਵੀ 'ਚ 5-6 ਨੌਜਵਾਨ ਨਜ਼ਰ ਆਏ ਸਨ। ਉਹਨਾਂ ਨੇ ਮੰਦਿਰ 'ਚ ਪਈਆਂ ਵੱਖ ਵੱਖ ਮੂਰਤੀਆਂ ਤੋਂ ਕੀਮਤੀ ਗਹਿਣੇ ਚੋਰੀ ਕਰ ਲਏ ਤੇ ਫਰਾਰ ਹੋ ਗਏ। ਮੰਦਿਰ ਕਮੇਟੀ ਦੇ ਪ੍ਰਧਾਨ ਕੇਸ਼ਵ ਰਾਮ ਨੇ ਤੁਰੰਤ ਸਥਾਨਕ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਚੋਰਾਂ ਨੂੰ ਜਲਦ ਗ੍ਰਿਫਤਾਰ ਕੀਤੇ ਜਾਣ ਦਾ ਭਰੋਸਾ ਦਿਵਾਇਆ। ਦੱਸ ਦਈਏ ਕਿ ਮੰਦਿਰ ਪੂਰੇ ਉੱਤਰ ਭਾਰਤ 'ਚ ਕਾਫੀ ਪ੍ਰਸਿੱਧ ਹੈ, ਜਿੱਥੇ ਸਾਉਣ ਦੇ ਮਹੀਨੇ ਵੱਡਾ ਮੇਲਾ ਲੱਗਦਾ ਹੈ ਤੇ ਦੇਸ਼ ਦੇ ਵੱਖ ਵੱਖ ਖੇਤਰਾਂ ਤੋਂ ਲੋਕ ਇੱਥੇ ਆਉਂਦੇ ਨੇ। ਪਰ ਇਸ ਮੰਦਿਰ 'ਚ ਹੋਈ ਵੱਡੀ ਚੋਰੀ ਤੋਂ ਬਾਅਦ ਮੰਦਿਰ ਦੀ ਸੁਰੱਖਿਆ ਨੂੰ ਲੈ ਕੇ ਵੱਡੇ ਸਵਾਲ ਖੜੇ ਹੋ ਗਏ ਨੇ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਇਸ ਮਾਮਲੇ ਨੂੰ ਕਿੰਨੀ ਜਲਦੀ ਹੱਲ ਕਰਦੀ ਹੈ। ਬਿਊਰੋ ਰਿਪੋਰਟ, ਸਪੋਕਸਮੈਨ ਟੀਵੀ।